ਦੈਨਿਕ ਸਵੇਰਾ ਟੀ ਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ, ਸਾਡੇ ਨਾਲ ਮੌਜੂਦ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਜਿਨ੍ਹਾਂ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਸਹਿਯੋਗ, ਔਰ ਉਸ ਮੁਹਿੰਮ ਦੇ ਤਹਿਤ ਅੱਜ ਉਹਨਾਂ ਨੇ ਇੱਕ ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੋਈ ਕੰਮ ਹੋਵੇ ਤਾਂ ਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ, ਸਗੋਂ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ। ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ, ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ 'ਚ ਆਪਣਾ ਕੰਮ ਕਰਵਾ ਰਹੇ ਨੇ। ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ, ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ, ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 95012000200, ਇਸ ਨੰਬਰ 'ਤੇ ਫੋਨ ਕਰਕੇ ਦੱਸ ਦਿਓ, ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਅਤੇ ਬਾਕੀ ਕੰਮ ਸਾਡਾ। ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਜਿਨ੍ਹਾਂ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਸਹਿਯੋਗ, ਔਰ ਉਸ ਮੁਹਿੰਮ ਦੇ ਤਹਿਤ ਅੱਜ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਸ਼ਹਿਰ ਦੇ ਬਹੁਤ ਸਾਰੇ ਕਾਰੋਬਾਰੀ ਔਰ ਸ਼ਹਿਰ ਦੀਆਂ ਬਹੁਤ ਸਾਰੀਆਂ ਐਸੋਸੀਏਸ਼ਨਸ ਪਹੁੰਚੀਆਂ, ਜਿਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ। ਸਰ, ਇੱਕ ਮਹੀਨਾ ਹੋ ਗਿਆ ਇਸ ਮੁਹਿੰਮ ਨੂੰ ਚੱਲਦੇ, ਕਿੱਦਾਂ ਦਾ ਰਿਸਪੌਂਸ ਮਿਲ ਰਿਹਾ? ਰਿਸਪੌਂਸ ਬਹੁਤ ਵਧੀਆ ਜੀ, ਅਤੇ ਇਹਦਾ ਜਿਹੜਾ ਅਸਲੀ ਸਿੱਟਾ ਅਗਰ ਤੁਸੀਂ ਕਹੋ, ਜਿਹੜੀ ਪਬਲਿਕ ਦੀ ਸਜੈਸ਼ਨਸ ਆ ਰਹੀਆਂ ਕ੍ਰਾਈਮ ਨੂੰ ਲੈ ਕੇ, ਡਰੱਗਸ ਨੂੰ ਲੈ ਕੇ, ਟ੍ਰੈਫਿਕ ਨੂੰ ਲੈ ਕੇ, ਉਹ ਬਹੁਤ ਰੀਅਲਿਸਟਿਕ ਅਤੇ ਪ੍ਰੈਕਟੀਕਲ ਹੈ, ਅਤੇ ਸਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ, ਸਿਰਫ ਆਪਾਂ ਥੋੜ੍ਹੀ ਸੀ ਰਿਸੋਰਸਿਸ ਨੂੰ ਰੀਓਰੇਂਟ ਕੀਤਾ ਹੈ, ਅਤੇ ਉਹਦਾ ਰਿਜ਼ਲਟ ਜਿਹੜਾ ਉਹ ਦਿਖ ਰਿਹਾ, ਤਾਂ ਹੀ ਇੰਨੇ ਲੋਕ ਆਏ ਸੀਗੇ ਅੱਜ। ਸਰ, ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਦੇ ਵੱਲੋਂ ਅੱਜ ਵੀ ਦੱਸੀਆਂ ਗਈਆਂ ਨੇ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੰਮ ਹੋਣਾ ਚਾਹੀਦਾ, ਔਰ ਤੁਸੀਂ, ਮੈਂ ਦੇਖਿਆ ਕਿ ਤੁਸੀਂ ਨਾਲ ਨਾਲ ਪੁਆਇੰਟ ਆਊਟ ਵੀ ਉਹਨਾਂ ਨੂੰ ਕਰ ਰਹੇ, ਨੋਟ ਵੀ ਕਰ ਰਹੇ ਹੋ, ਕੁਛ ਦਾ ਹੱਲ ਤੁਸੀਂ ਨਾਲ ਦੀ ਨਾਲ ਹੀ ਕੀਤਾ। ਤੁਹਾਨੂੰ ਕੀ ਲੱਗਦਾ ਕਿ ਜੇਕਰ ਲੋਕ ਆ ਕੇ ਤੁਹਾਡੇ ਨਾਲ ਸਾਰੀਆਂ ਮੁਸ਼ਕਲਾਂ ਦੱਸਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕ੍ਰਾਈਮ ਨੂੰ ਖਤਮ ਕਰਨ ਦੇ ਵਿੱਚ ਕਿੰਨਾ ਕੁ ਸਹਿਯੋਗ ਹੋ ਸਕਦਾ? ਕ੍ਰਾਈਮ ਖਤਮ ਨਹੀਂ ਹੁੰਦਾ, ਇਹ ਹਰ ਇੱਕ ਸੋਸਾਇਟੀ 'ਚ ਹੈ ਜੀ। ਅੱਜ ਤੋਂ 500 ਸਾਲ ਪਹਿਲਾਂ ਸੀਗਾ, 500 ਸਾਲ ਬਾਅਦ ਵੀ ਹੋਣਾ ਹੈ, ਬਸ ਇਸ਼ੂ ਇਹ ਹੈ ਕਿ ਕਿੰਨਾ ਆਪਾਂ ਪ੍ਰੀਵੈਂਟ ਕਰ ਸਕੀਏ, ਸਾਡੀ ਵਿਜ਼ਿਬਿਲਿਟੀ ਕਿੰਨੀ ਹੈ ਰੋਡਸ 'ਤੇ। ਨੰਬਰ 2, ਕ੍ਰਾਈਮ ਅਗਰ ਹੋ ਜਾਂਦਾ ਹੈ ਤਾਂ ਉਹਨੂੰ ਆਪਾਂ ਕਿੰਨੀ ਜਲਦੀ ਲੀਗਲੀ ਟਰੇਸ ਕਰੀਏ ਅਤੇ ਲੋਜੀਕਲ ਐਂਡ 'ਤੇ ਲੈ ਕੇ ਜਾਈਏ। ਸਰ, ਲੋਕਾਂ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਔਰ ਆਮ ਲੋਕ ਜਿਹੜੇ ਨੇ ਗਰਾਊਂਡ 'ਤੇ ਨੇ, ਉਹਨਾਂ ਦੇ ਵਿੱਚ ਜਿਹੜਾ ਗੈਪ, ਤੁਸੀਂ ਅੱਜ ਗੱਲ ਕੀਤੀ 100 ਨੰਬਰ ਤੋਂ ਔਰ 112 ਦੀ, ਬੜੀ ਉਹ ਮਾਰਮਿਕ ਜੀ ਗੱਲ ਸੀ, ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕੁਛ ਕਰ ਰਹੀ ਹੈ ਪੁਲਿਸ, ਕੀ ਕਰ ਰਹੀ ਹੈ ਯਾਰ, ਲੋਕਾਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਟੀਚਰ ਪੜ੍ਹਾਉਂਦਾ ਹੈ ਜੀ, ਪੜ੍ਹਨਾ ਤਾਂ ਬੱਚੇ ਨੇ ਨਾ ਜੀ, ਤੁਹਾਨੂੰ ਆਨਸਰ ਮਿਲ ਗਿਆ ਇਸ ਚੀਜ਼ ਦਾ ਜੀ। ਔਰ ਜਾਂਦੇ ਜਾਂਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਜਿਹੜੇ ਜਲੰਧਰ ਦੇ ਸ਼ਹਿਰ ਦੇ ਲੋਕ ਨੇ ਉਮੀਦ ਕਰਦੇ ਨੇ ਕਿ ਅਸੀਂ ਸੇਫ ਰਹੀਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਯੂ ਆਰ ਸੇਫ ਐਂਡ 24/7 ਪੁਲਿਸ ਅਵੇਲੇਬਲ ਹੈ, ਥੈਂਕ ਯੂ। ਠੀਕ ਹੈ। ਔਰ ਇਹ ਸੀ ਸਾਡੇ ਨਾਲ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਦੀਆਂ ਸੁਣੀਆਂ ਗਈਆਂ ਨੇ, ਔਰ ਪਿਛਲੇ ਸਮੇਂ ਦੇ ਵਿਗ਼ ਜਿਹੜੀਆਂ ਇਹਨਾਂ ਨੇ ਮੁਸ਼ਕਲਾਂ ਦੱਸੀਆਂ ਸੀ ਉਹਨਾਂ ਦਾ ਹੱਲ ਹੋਇਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਵੀ ਹੱਲ ਹੋਏਗਾ, ਔਰ ਲੋਕਾਂ ਨੂੰ ਵੀ ਆਪਣੇ ਪੱਧਰ ਦੇ ਉੱਪਰ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।